ਬਸੰਤ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਵੱਡਿਆਂ ਦੇ ਵਿੱਚ ਖੁਸ਼ੀ ਦੇਖਣ ਨੂੰ ਮਿਲਦੀ ਹੈ, ਉੱਥੇ ਬੱਚਿਆਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਹੈ, ਕਿਉਂਕਿ ਬਸੰਤ ਪੰਚਮੀ ਦੇ ਮੌਕੇ ਬੱਚੇ ਪਤੰਗਬਾਜ਼ੀ ਕਰਦੇ ਨੇ। ਪਰ ਇਸ ਸਭ ਦੇ ਚੱਲਦਿਆਂ ਇੱਕ ਬਹੁਤ ਵੱਡੀ ਗੱਲ ਧਿਆਨ ਦੇਣ ਯੋਗ ਹੈ ਕਿ ਜਿਹੜੀ ਪਤੰਗਬਾਜ਼ੀ ਦੇ ਵਿੱਚ ਵਰਤੀ ਜਾਣ ਵਾਲੀ ਚਾਈਨਾ ਡੋਰ ਹੁੰਦੀ ਹੈ, ਉਸਦੇ ਕਾਰਨ ਹੁਣ ਤੱਕ ਬਹੁਤ ਸਾਰੇ ਐਕਸੀਡੈਂਟ ਵੀ ਸਾਹਮਣੇ ਆਏ ਨੇ। ਕਈ ਥਾਵਾਂ ਤੇ ਤਾਂ ਇਸ ਡੋਰ ਦੇ ਕਾਰਨ ਗਲਾ ਕੱਟ ਕੇ ਕਈ ਵਿਅਕਤੀਆਂ ਦੀ ਮੌਤ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ, ਜਿਸ ਦੇ ਚੱਲਦਿਆਂ ਸਰਕਾਰ ਦੇ ਵੱਲੋਂ ਇਸ ਡੋਰ ਦੇ ਉੱਤੇ ਰੋਕ ਲਗਾਈ ਗਈ ਸੀ ਅਤੇ ਸਰਕਾਰ ਦੁਆਰਾ ਲਗਾਈ ਗਈ ਇਸ ਪਾਬੰਦੀ ਦੇ ਤਹਿਤ ਹੀ ਹੁਣ ਪਠਾਨਕੋਟ ਪੁਲਿਸ ਦੇ ਵੱਲੋਂ ਤਕਰੀਬਨ 56 ਜਗ੍ਹਾ ਤੇ ਛਾਪੇਮਾਰੀ ਕੀਤੀ ਗਈ ਹੈ, ਜਿੱਥੇ ਕਿ 15 ਜਗ੍ਹਾ ਦੇ ਵਿੱਚੋਂ ਤਕਰੀਬਨ 265 ਗੁੱਟ ਚਾਈਨਾ ਡੋਰ ਦੇ ਬਰਾਮਦ ਕੀਤੇ ਗਏ ਨੇ ਅਤੇ 15 ਲੋਕਾਂ ਦੇ ਉੱਤੇ ਮਾਮਲੇ ਵੀ ਪੁਲਿਸ ਦੇ ਵੱਲੋਂ ਦਰਜ ਕਰ ਲਏ ਗਏ। ਤੁਸੀਂ ਸਾਰਿਆਂ ਨੇ ਦੇਖਿਆ ਮਾਣਯੋਗ DGP ਪੰਜਾਬ, ਉਹਨਾਂ ਦੀ ਡਾਇਰੈਕਸ਼ਨਸ ਹੈਗੀ ਆ, ਉਹਨਾਂ ਦਾ ਸਾਨੂੰ ਸੋਸ਼ਲ ਮੀਡੀਆ 'ਤੇ ਵੀ ਕਾਫੀ ਉਹਨਾਂ ਨੇ ਇਸ ਬਾਰੇ ਆਗਾਹ ਕੀਤਾ ਸੀਗਾ ਸਾਰਿਆਂ ਨੂੰ ਵੀ ਇਹਦੀ ਯੂਜ਼ ਨਾ ਕਰੋ। ਬੇਸਿਕਲੀ ਇਹ ਜਾਨਲੇਵਾ ਆ, ਇਹ ਸਟੈਚ ਹੋ ਜਾਂਦੀ ਹੈ, ਇਹ ਟੁੱਟਦੀ ਨਹੀਂ, ਇਹ ਇੰਨੀ ਤਿੱਖੀ ਹੈ ਵੀ ਜਿਸ ਬੰਦੇ ਦੇ ਗਲੇ 'ਤੇ ਕਿਤੇ ਵੀ ਬੋਡੀ ਪਾਰਟ 'ਤੇ ਲੱਗਦੀ ਹੈਗੀ ਆ ਅਤੇ ਉਹਨੂੰ ਕਾਫੀ ਨੁਕਸਾਨ ਪਹੁੰਚਾ ਦਿੰਦੀ ਹੈ। ਤੋ ਮਾਣਯੋਗ DGP ਸਾਹਿਬ ਦੀਆਂ ਹਦਾਇਤਾਂ 'ਤੇ ਅੱਜ ਜ਼ਿਲ੍ਹੇ ਦੇ ਵਿੱਚ ਇੱਕ ਬੜਾ ਵੱਡਾ ਐਕਸ਼ਨ ਇਸ ਜਿਹੜੇ ਕੰਮ ਦੇ ਵਪਾਰੀ ਸੀ ਉਹਨਾਂ 'ਤੇ ਕੀਤਾ ਗਿਆ। ਅਸੀਂ ਤਕਰੀਬਨ ਸੀਕ੍ਰੇਟ ਇਨਫੋਰਮੇਸ਼ਨਸ ਦੇ ਉੱਪਰ 56 ਥਾਵਾਂ 'ਤੇ ਆਲ ਓਵਰ ਦਾ ਡਿਸਟ੍ਰਿਕਟ ਫਰੋਮ ਨਰੋੜ ਜੈਮਲ ਸਿੰਘ ਟੂ ਦਨੇਰਾ, ਜਿਹੜਾ ਇੱਕ ਪਾਸੇ ਤੋਂ ਦੂਜਾ ਪਾਸਾ ਆ, ਅਸੀਂ ਸਾਰੇ ਪੁਲਿਸ ਸਟੇਸ਼ਨਸ ਦੇ ਵਿੱਚ ਇਸ ਗੱਲ ਦੀ ਰੈਕੀ ਕੀਤੀ ਸੀਗੀ ਵੀ ਕਿੱਥੇ ਕਿੱਥੇ ਇਹ ਕੰਮ ਹੋ ਸਕਦਾ, ਕਿਹੜੇ ਦੁਕਾਨਦਾਰ ਜਿਹੜੇ ਇਸ ਕੰਮ ਦੇ ਪ੍ਰੋਨ ਹੈਗੇ ਆ, ਅਤੇ 56 ਥਾਵਾਂ 'ਤੇ ਅਲੱਗ ਅਲੱਗ ਟੀਮਾਂ ਨੇ ਰੇਡ ਕੀਤਾ, ਜਿਨ੍ਹਾਂ ਦੇ ਵਿੱਚੋਂ 15 ਥਾਵਾਂ 'ਤੇ ਸਾਨੂੰ ਸਕਸੈਸ ਮਿਲੀ ਹੈ, ਜਿੱਥੋਂ ਸਾਡੀ ਰਿਕਵਰੀਜ਼ ਹੋਈਆਂ। ਅਤੇ ਇਨ ਟੋਟਲ ਅਸੀਂ ਅੱਜ 15 FIR ਜਿਹੜੀਆਂ ਉਹ ਦਰਜ ਕੀਤੀਆਂ ਅੱਡ ਅੱਡ ਥਾਣਿਆਂ ਦੇ ਵਿੱਚ, ਅਤੇ ਤਕਰੀਬਨ 265 ਜਿਹੜੇ ਗੱਟੂ ਹੈਗੇ ਨੇ ਚਾਈਨੀਜ਼ ਜਿਹਨੂੰ ਡਰੈਗਨ ਡੋਰ ਕਹਿੰਦੇ ਆ, ਉਹਦੀ ਬਰਾਮਦਗੀ ਕੀਤੀ ਆ। ਬੰਦਿਆਂ ਦੇ ਅਗੇਂਸਟ ਪਰਚੇ ਦਰਜ ਕੀਤੇ ਗਏ ਆ। ਔਰ ਮੈਂ ਫਿਰ ਤੁਹਾਡੇ ਰਾਹੀਂ ਜੋ ਮਾਣਯੋਗ DGP ਸਾਹਿਬ ਦਾ ਮੈਸੇਜ ਆ ਉਹ ਪਹੁੰਚਾਉਣਾ ਚਾਹੁੰਦਾ ਵੀ ਇਸ ਜਾਨਲੇਵਾ ਜਿਹੜੀ ਡੋਰ ਹੈਗੀ ਇਹਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ। ਪੰਜਾਬ ਸਟੇਟ ਦੇ ਵਿੱਚ ਇਹ ਪ੍ਰੋਹਿਬਿਟਡ ਹੈਗੀ ਆ, ਇਹਦੀ ਵਿਕਰੀ, ਇਹਦੀ ਮੈਨੂਫੈਕਚਰਿੰਗ, ਇਹਦਾ ਵਪਾਰ, ਹਰੇਕ ਚੀਜ਼ ਬੰਦ ਹੈਗੀ ਹੈ, ਬੈਨ ਹੈਗੀ ਆ, ਨਹੀਂ ਹੋ ਸਕਦੀ। ਇਸ ਕਰਕੇ ਆਪਣੇ ਨਿਆਣਿਆਂ ਨੂੰ ਵੀ ਬਚਾਓ, ਜੇ ਕੱਲ੍ਹ ਨੂੰ ਕੋਈ ਲੋਹੜੀ ਆ, ਕੋਈ ਫੈਸਟੀਵਲ ਆ ਜਿਹਦੇ ਵਿੱਚ ਤੁਹਾਡਾ ਬੱਚਾ ਪਤੰਗ ਉਡਾ ਰਿਹਾ, ਕੋਈ ਕੰਮ ਕਰ ਰਿਹਾ, ਅਤੇ ਉਹ ਇਸ ਡੋਰ ਦੀ ਵਰਤੋਂ ਕਰਦਾ, ਖੁਦ ਵੀ ਇਹਦਾ ਸ਼ਿਕਾਰ ਹੋ ਸਕਦਾ। ਸੋ ਕਾਇੰਡਲੀ ਸਾਰੇ ਜਾਣੇ ਜਿਹੜੇ ਆਪਾਂ ਇਹ ਤੋਂ ਦੂਰ ਰਹੀਏ, ਔਰ ਜੇ ਆਲੇ ਦੁਆਲੇ ਤੁਹਾਨੂੰ ਕਿਤੇ ਵੀ ਇਤਲਾਹ ਮਿਲਦੀ ਹੈਗੀ ਹੈ ਤਾਂ ਸਾਡੇ ਨਾਲ ਸੰਪਰਕ ਕਰੋ, ਪੁਲਿਸ ਨਾਲ ਸੰਪਰਕ ਕਰੋ, ਅਸੀਂ ਇਮੀਡੀਏਟਲੀ ਜਿਹੜੀ ਆ ਕਾਰਵਾਈ ਕਰਾਂਗੇ। ਲਾਈਕ ਤੇ ਇਸ ਚੈਨਲ ਦੇ ਲਈ ਕਮਲ ਰੰਧਾਵਾ ਦੀ ਵਿਸ਼ੇਸ਼ ਰਿਪੋਰਟ।